ਵਾਲਵਾ ਬੈਡਲਿਵ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਛੋਟੇ ਵੱਡੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਵਿਸ਼ੇਸ਼ ਰਹਿਣ ਵਾਲੀ ਹੈ ਕਿਉਂਕਿ ਅੱਜ ਦੀ ਇੱਕ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਜਿਹੜੀ ਕਿ 500 ਪੋਸਟਾਂ ਨਿਕਲੀਆਂ ਐ ਏਐਸਆਈ ਭਰਤੀ ਦੀਆਂ ਹਾਂਜੀ ਜਿਹੜਾ ਕਿ ਤੁਹਾਨੂੰ ਪਤਾ ਹੈ ਇੱਕ ਤਾਰੇ ਵਾਲਾ ਰੈਂਕ ਹੁੰਦਾ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੁਸੀਂ ਅਕਸਰ ਸੜਕਾਂ ਉੱਤੇ ਜਾਂ ਫਿਰ ਪੁਲਿਸ ਸਟੇਸ਼ਨ ਦੇ ਉੱਤੇ ਦੇਖਿਆ ਹੋਵੇਗਾ ਇੱਕ ਆਫੀਸਰ ਜਿਹੜੇ ਸਿੰਗਲ ਸਟਾਰ ਨਾਲ ਆਪਣੀ ਡਿਊਟੀ ਨਿਭਾਉਂਦੇ ਨੇ ਤੇ ਦੀ ਦੇ ਵਿੱਚੋਂ ਇਸ ਭਰਤੀ ਨੂੰ ਚੁਣਿਆ ਗਿਆ ਸੋ ਦੋਸਤੋ 500 ਪੋਸਟਾਂ ਬਹੁਤ ਜ਼ਿਆਦਾ ਹੁੰਦੀਆਂ ਜੇਕਰ ਆਪਾਂ ਕੈਟਾਗਰੀ ਵਾਈਜ਼ ਵੀ ਮੰਨੀਏ ਤਾਂ ਬਹੁਤ ਸਾਰੀਆਂ ਪੋਸਟਾਂ ਦੇਖਣ ਨੂੰ ਮਿਲਣਗੀਆਂ ਤੇ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਦੀ ਸਾਰੀ ਇਨਫੋਰਮੇਸ਼ਨ ਦਵਾਂਗੇ ਇਹ ਭਰਤੀ ਕਦੋਂ ਆਉਣ ਵਾਲੀ ਹੈ ਤੇ ਇਸ ਦੀ ਰਿਕੁਆਇਰਮੈਂਟ ਕੀ ਰਵੇਗੀ ਤੇ ਪੇਪਰ ਦਾ ਪੈਟਰਨ ਕੀ ਹੋਵੇਗਾ ਤੇ ਸਾਰੇ ਹੀ ਕੈਂਡੀਡੇਟਸ ਨੂੰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ WhatsApp Telegram ਉੱਤੇ ਤੇ ਨਾਲ ਹੀ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਤੇ ਅੱਜ ਦੀ ਵੀਡੀਓ ਦੀ ਕਰਦੇ ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਏਜ ਫੈਕਟਰ ਦੀ ਏਜ ਫੈਕਟਰ ਦੇ ਵਿੱਚ ਦੋਸਤੋ ਦੋ ਚੀਜ਼ਾਂ ਹੋ ਸਕਦੀਆਂ ਜਾਂ ਤਾਂ 18 ਤੋਂ 28 ਸਾਲ ਤੱਕ ਮੰਨਿਆ ਜਾ ਸਕਦਾ ਹੈ ਜਾਂ ਫਿਰ 21 ਤੋਂ 28 ਠੀਕ ਹੈ ਜੀ ਇਹ ਹਜੇ ਆਪਸ਼ਨਲ ਹੈ ਕਿਉਂਕਿ ਪਹਿਲੀ ਵਾਰ ਏਐਸਸੀ ਦੀ ਭਰਤੀ ਹੁਣ ਆਉਣ ਵਾਲੀ ਹੈ ਭਗਵੰਤ ਮਾਨ ਸਰਕਾਰ ਦੇ ਦਰਾਂ ਸੋ ਇਸੇ ਕਰਕੇ ਆਪਾਂ 21 ਤੋਂ 28 ਲੈ ਕੇ ਹੀ ਚੱਲੀਏ 18 ਤੋਂ 28 ਸਿਰਫ ਔਨਲਾਈਨ ਜੇਕਰ ਆਪਾਂ ਦੇਖੀਏ ਮਿਲ ਜਾਵੇਗਾ ਤੁਹਾਡੀ এডਿਕੇਸ਼ਨ ਕੁਆਲਿਫਿਕੇਸ਼ਨ ਬੈਚਲਰ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ ਚਾਹੀ ਤੁਸੀਂ ਕੰਪਿਊਟਰ ਡਿਗਰੀ ਹੋ ਚਾਹੀ ਸਿੰਪਲ ਬੀਏ ਕਰ ਰਹੇ ਹੋ ਚਾਹੀ ਤੁਸੀਂ ਕੋਈ ਮੈਡੀਕਲ ਡਿਗਰੀ ਕਰ ਤੇ ਪੰਜਾਬ ਦੇ ਵਿੱਚ ਜੇਕਰ ਇਹਨੇ ਉਹ ਪੰਜਾਬ ਦਾ ਡੋਮਿਸਾਈਲ ਤੁਹਾਡਾ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਤੇ ਬਾਕੀ ਜਿਹੜੇ categories ਨੂੰ ਬਿਲੋਂਗ ਕਰਦੇ ਉਹਨਾਂ ਦੇ categories wise ਜਿਹੜੇ ਸਰਟੀਫਿਕੇਟ ਹੁੰਦੇ ਉਹ ਬਣੇ ਹੋਣੇ ਚਾਹੀਦੇ ਨੇ ਜਿਸ ਕਰਕੇ ਉਹਨਾਂ ਰਿਜ਼ਰਵੇਸ਼ਨ ਕੋਟੇ ਰਹੀ ਨੌਕਰੀ ਦੇ ਵਿੱਚ इजीली ਮੌਕਾ ਮਿਲ ਸਕਦਾ ਉਹਨਾਂ ਦੀ ਪਰਸੈਂਟੇਜ ਵੀ ਘਟ ਹੈ ਤੇ ਫੀਸ ਜਿਹੜੀ ਹੁੰਦੀ ਹੈ ਇਸ ਫਾਰਮ ਨੂੰ ਭਰਨ ਦੀ ਉਹ ਵੀ ਘਟ ਹੋਵੇਗੀ ਤੇ ਹੋਰ ਵੀ ਕਈ ਤਰ੍ਹਾਂ ਦੇ ਬੈਨੀਫਿਟਸ ਉਹਨਾਂ ਨੂੰ ਮਿਲ ਸਕਦੇ ਨੇ ਸੋ ਦੋਸਤੋ ਦੇਖ ਲਓ ਏਜ ਫੈਕਟਰ ਤੇ ਜੇਕਰ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਤੁਹਾਡੇ ਲਈ ਬਹੁਤ ਬਿਹਤਰੀਨ ਮੌਕਾ ਹੈ ਬਹੁਤ ਹੀ ਕੱਟ ਫਾਰਮ ਭਰੇ ਜਾਂਦੇ ਨੇ ਤੁਹਾਨੂੰ ਪਤਾ ਫਾਰਮ ਹੀ ਭਰੇ ਗਈ ਸੀ ਇਸ ਸਾਲ ਜੇਕਰ ਆਪਾਂ ਤਾਂ ਏਜ ਰਿਲੈਕਸੇਸ਼ਨ ਦੀ ਗੱਲ ਕਰੀਏ ਐਸਸੀ ਐਸਟੀ ਬੀਸੀ ਨੂੰ 5 ਸਾਲ ਦੀ ਰਿਲੈਕਸੇਸ਼ਨ ਮਿਲਦੀ ਹੈ ਐਕਸਸ ਸਰਵਿਸ ਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ 3 ਸਾਲ ਦੀ ਰਿਲੈਕਸੇਸ਼ਨ ਮਿਲਦੀ ਹੈ ਠੀਕ ਹੈ ਜੀ ਤੇ ਦੂਸਰੀ ਗਵਰਨਮੈਂਟ EMPLOYEES ਚਾਹੇ ਉਹ ਸੈਂਟਰਲ ਗਵਰਨਮੈਂਟ ਦੇ EMPLOYEE ਰਹਿ ਚੁੱਕੇ ਹੋਣ ਚਾਹੇ ਉਹ ਸਟੇਟ ਲੈਵਲ ਦੇ ਤੇ ਉਹ ਪੈਨਪ੍ਰਾਵ ਨੂੰ ਮਿਲੂਗੀ 5 ਸਾਲ ਦੀ ਰਿਲੈਕਸੇਸ਼ਨ ਠੀਕ ਹੈ ਜੀ ਤੁਹਾਡੇ ਕੋਲ ਬਸ ਐਨਓਸੀ ਹੋਣੀ ਚਾਹੀਦੀ ਹੈ ਬਾਕੀ ਹੋਰ ਵੀ ਜਿਹੜੇ ਸਰਟੀਫਿਕੇਟਸ ਨਾਲ ਲੱਗਦੇ ਆ ਤੁਹਾਡੇ ਅਕੋਰਡਿੰਗ ਜੋ ਵੀ ਤੁਹਾਨੂੰ ਮੈਸੇजेस ਆ ਇਹ ਕਿ ਬਹੁਤ ਘੱਟ ਹੁੰਦੇ ਨੇ 10th+2 ਵਾਲੇ ਬਹੁਤ ਜ਼ਿਆਦਾ ਜਿਸ ਕਰਕੇ ਕਨਸਟੇਬਲ ਦੀ ਭਰਤੀ ਨੂੰ 3 ਲੱਖ ਬੱਚਿਆਂ ਨੇ ਭਰਿਆ ਸੀ ਤੇ ਦੂਸਰੀ ਗੱਲ ਹੈ ਜਿਹੜੇ ਇਸ ਭਰਤੀ ਨੂੰ ਬਹੁਤ ਘੱਟ ਬੱਚੇ ਭਰਨਗੇ ਵੱਧ ਤੋਂ ਵੱਧ 75000 ਤੱਕ ਜਾ ਸਕਦੀ ਹੈ ਗਿਣਤੀ ਕਿਉਂਕਿ ਨਵੇਂ ਫਰੈਸ਼ਰ ਕੈਂਡੀਡੇਟਸ ਵੀ ਬਹੁਤ ਜ਼ਿਆਦਾ ਆ ਗਏ ਨੇ ਇਸ ਸਾਲਾਂ ਦੇ ਵਿੱਚ ਸੋ ਇਸੇ ਕਰਕੇ ਤੁਸੀਂ ਇਸ ਨੌਕਰੀ ਨੂੰ ਪਰੋ ਵੱਧ ਤੋਂ ਵੱਧ ਕਿਉਂਕਿ ਗ੍ਰੈਜੂਏਸ਼ਨ ਵਾਲੇ ਬੱਚੇ ਬਹੁਤ ਘੱਟ ਹੈ ਜਿਹੜੇ ਇਸ ਇਹਨਾਂ ਚੀਜ਼ਾਂ ਵਿੱਚ ਭਾਗ ਲੈਂਦੇ ਆ ਤੇ ਜਿਹੜੇ 10th+2 ਵਾਲੇ ਆ ਉਹਦਾ ਅਕਸਰ ਤੁਹਾਨੂੰ ਪਤਾ ਹੈ ਭਰਦੇ ਹੀ ਰਹਿੰਦੇ ਆ ਜੋਬਸ ਵਗੈਰਾ ਬੇਫਾਲਤੂ ਜਿਨ੍ਹਾਂ ਹੁਣ ਅਗਲੀ ਗੱਲ ਕਰਾਂਗੇ ਦੋਸਤੋ ਜਿਹੜਾ ਕਿ ਇਹ ਹਾਈਟ ਫੈਕਟਰ ਦਾ ਹੁੰਦਾ ਹਾਈਟ ਫੈਕਟਰ ਪੁੱਛਦੇ ਹੁੰਦੇ ਆ ਵੀ ਤੁਹਾਨੂੰ ਕਿੰਨੀ ਹਾਈ ਚਾਹੀਦੀ ਹੈ ਜੇਕਰ ਤੁਸੀਂ ਡਿਸਟ੍ਰਿਕਟ ਪੁਲਿਸ ਤੇ ਆਰਮਡ ਕੈਡਰ ਪੁਲਿਸ ਕੈਡਰ ਦੀ ਜਗ੍ਹਾ ਆਂਦੀ ਹੈ ਐਸਸੀੀ ਭਰਤੀ ਤਾਂ ਤੁਹਾਡਾ ਮੇਲ ਕੈਂਡੀਡੇਟਸ ਦਾ 5 ਫੁੱਟ 7 ਇੰਚ ਕੱਦ ਚਾਹੀਦਾ ਤੇ ਫੀਮੇਲ ਕੈਂਡੀਡੇਟਸ ਦਾ 5 ਫੁੱਟ 2 ਇੰਚ ਠੀਕ ਹੈ ਜੀ ਜੇਕਰ ਫੋਰ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਦਾ ਕੰਮ ਕੰਪਿਊਟਰ ਤੇ ਹੁੰਦਾ ਤੇ ਜ਼ਿਆਦਾ ਜ਼ਿਆਦਾ ਮਾਇਨੇ ਨਹੀਂ ਰੱਖਦਾ ਵੀ ਤੁਹਾਡੀ ਹਾਈਟ ਦਾ ਸੋ ਇਸ ਕਰਕੇ ਮੇਲ ਕੈਂ ਦਾ ਫੈਕਟਰ ਹੈ ਇਹ ਹਰੇਕ ਭਰਤੀ ਦੇ ਵਿੱਚ ਵੇਖਣ ਨੂੰ ਮਿਲੇਗਾ ਜੇ ਇਹ ਕੈਡਰ ਤੇ ਡਿਪੈਂਡ ਹੁੰਦਾ ਤੁਹਾਨੂੰ ਪਤਾ ਹੈ ਡਿਸਟ੍ਰਿਕਟ ਤੇ ਆਰਮਡ ਕੈਡਰ ਅਲੱਗ ਹੁੰਦੇ ਆ ਇੰਟੈਲੀਜੈਂਸੀ ਤੇ ਇਨਵੈਸਟੀਗੇਸ਼ਨ ਕੈਡਰ ਅਲੱਗ ਹੁੰਦੇ ਆ ਸੋ ਇਸੇ ਕਰਕੇ ਜਿਹੜੇ ਭੈਣ ਭਰਾਵਾਂ ਨੇ ਭਰਤੀਆਂ ਕਰਨੀਆਂ ਤੇ ਇਹਨਾਂ ਦੋਹਾਂ ਕੈਡਰਾਂ ਦੀ ਜੇਕਰ ਭਰਤੀ ਆਂਦੀ ਹੈ ਉਹਨਾਂ ਨੂੰ ਮੌਕਾ ਖਾਸ ਕਰਕੇ ਹਾਈਟ ਤੋਂ ਹਾਈਟ ਕੇ ਬੱਚੇ ਰਹਿ ਜਾਂਦੇ ਆ ਪੜਨ ਵੱਖੋ ਵਧੀਆ ਹੁੰਦੇ ਆ ਇਸ ਕਰਕੇ ਇਹਨਾਂ ਬੱਚੇ ਨੂੰ ਬਹੁਤ ਵਧੀਆ ਮੈਂ ਕਹਿ ਰਿਹਾ ਵੀ ਇਸ ਚੀਜ਼ ਦਾ ਸਕਰੀਨਸ਼ਾਟ ਲੈ ਲਵੋ ਜੇਕਰ ਤੁਹਾਨੂੰ ਇਸ ਕੈਡਰਾਂ ਚੋਂ ਭਰਤੀ ਦਿਖਦੀ ਹੈ ਇਨਵੈਸਟੀਗੇਸ਼ਨ ਇ ਜੇਕਰ ਤੁਸੀਂ ਰਿਜ਼ਰਵੇਸ਼ਨ ਕੈਟਾਗਰੀ ਨੂੰ ਬਲੌਂਕ ਕਰ ਦਿਓ ਤੁਹਾਡੇ ਕੋਲ ਹੋਰ ਵੀ ਜ਼ਿਆਦਾ ਬੈਨੀਫਿਟ ਹੈ ਵੱਧ ਤੋਂ ਵੱਧ ਰੈਂਕ ਦੀ ਪਰਤੀ ਲੈ ਸਕਦੇ ਹੋ ਬਹੁਤ ਹੀ ਘੱਟ ਨੰਬਰਾਂ ਦੇ ਵਿੱਚ ਤੁਹਾਡੀ ਜਿਹੜੀ ਹੈਗੀ ਹੈ ਕੁਆਲੀਫਾਈ ਹੋ ਜਾਣੀ ਹੈ ਕਿਉਂਕਿ ਜਨਰਲ ਕੈਂਡੀਡੇਟਸ ਨੂੰ ਤਾਂ ਪੂਰੇ ਬਟਾ ਪੂਰੇ ਨੰਬਰ ਲੈਂਡ ਚ ਹੀ ਮਤਲਬ ਕਿ ਬਾਅਦ ਚ ਸਿਲੈਕਸ਼ਨ ਮਿਲਦੀ ਹੈ ਸੋ ਇਸੇ ਕਰਕੇ ਤੁਹਾਡੇ ਲਈ ਬਹੁਤ ਵਧੀਆ ਓਪਰਚ्युनिटीਜ਼ ਨਿਕਲਦੀਆਂ ਤੁਸੀਂ ਵੱਧ ਤੋਂ ਵੱਧ ਪੜਿਆ ਕਰੋ ਪੇਪਰਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਹੁਣ ਹਰੇਕ ਬੱਚਾ ਜਿਹੜਾ ਅੱਜਕੱਲ੍ਹ ਪੜ੍ਹਨ ਲੱਗ ਗਿਆ ਕੋਈ ਵੀ ਬੱਚਾ ਬਾਹਰ ਜਾ ਕੇ ਰਾਜੀ ਨਹੀਂ ਹੈ ਹੁਣ ਬਹੁਤ ਗਿਣਵੇਂ ਚੁਣਵੇਂ ਬੱਚੇ ਹੀ ਹੈ ਕਵالیਫਿਕੇਸ਼ਨ ਹੈਗੀ ਹੈ ਥੋੜੀ ਜੀ ਮਿਹਨਤ ਹੋਰ ਕਰ ਲਵੋ ਪੰਜਾਬ ਗਵਰਨਮੈਂਟ ਜੌਬਸ ਜਿਹੜੀਆਂ ਹੁੰਦੀਆਂ ਬਹੁਤ ਈਜ਼ੀਲੀ ਤੁਸੀਂ ਆਪਣੀ ਲੈ ਸਕਦੇ ਹੋ ਜੇਕਰ ਤੁਸੀਂ 1 ਸਾਲ ਪੂਰੀ ਕੋਚਿੰਗ ਕੀਤੀ ਹੈ ਪ੍ਰੋਪਰ ਕਰੇ ਆਪਣੇ ਮਟੀਰੀਅਲ ਨੂੰ ਯੂਜ਼ ਕਰਕੇ ਤੁਸੀਂ ਪੜ੍ਹਦੇ ਹੋ ਤੇ ਕਰੰਟ ਅਫੇਅਰਸ ਨਾਲ ਜੁੜੇ ਹੋਏ ਹੋ ਠੀਕ ਹੈ ਜੀ ਸੋ ਹਾਈਟ ਵਗੈਰਾ ਜਿਹੜੀ ਮੈਟਰ ਨਹੀਂ ਕਰਦੀ ਜੇਕਰ ਤੁਹਾਡੀ ਹਾਈਟ ਇੰਨੀ ਹੈ ਤਾਂ ਤੁਸੀਂ ਈਜ਼ੀਲੀ ਕਹਿੰਦਾ ਪਾ ਪਹੁੰਚ ਸਕਦੇ ਹੋ ਆਪਣੇ ਟਾਰਗੇਟ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਤੁਹਾਨੂੰ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਵੇਖਣ ਨੂੰ ਮਿਲਣੀਆਂ 2024 ਐ 2024 ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਆ ਭਗਵੰਤਵਾਨ ਸਰਕਾਰ ਨੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਨੌਕਰੀਆਂ ਆਣੀਆਂ ਸੋ ਘਬਰਾਉਣਾ ਹੁਣ ਆਪਾਂ ਗੱਲ ਕਰਦੇ ਐਗਜ਼ਾਮ ਪੈਟਰਨ ਦੀ ਦੋਸਤੋ ਜ਼ਿਆਦਾਤਰ ਐਗਜ਼ਾਮ ਪੈਟਰਨ ਹਮੇਸ਼ਾ ਸਬ ਇੰਸਪੈਕਟਰ ਦੀ ਤਰ੍ਹਾਂ ਹੀ ਰਹੇਗਾ ਕਿਉਂਕਿ ਜਿਹੜੀਆਂ ਵੀ ਭਰਤੀਆਂ ਗ੍ਰੈਜੂਏਸ਼ਨ ਲੈਵਲ ਦੀਆਂ ਉਹਨਾਂ ਦਾ ਦੋ ਦਿਨ ਐਗਜ਼ਾਮ ਹੋਵੇਗਾ ਪਹਿਲੇ ਦਿਨ ਹੋਵੇਗਾ ਜਨਰਲ ਅਵੇਅਰਨੈਸ ਮੈਥ ਤੇ ਪੰਜਾਬੀ ਅਗਲੇ ਦਿਨ ਹੋਵੇਗਾ ਲੌਜੀਕਲ ਰੀਜ਼ਨਿੰਗ ਡਿ ਜੇਕਰ ਨੰਬਰਿੰਗ ਕੁਐਸ਼ਨ ਦੀ ਕਰੀਏ ਜਨਰਲ ਅਵੇਅਰਨੈਸ ਦੇ 50 ਹੋਣਗੇ ਠੀਕ ਹੈ ਤੇ ਲੌਜੀਕਲ ਰੀਜ਼ਨਿੰਗ ਦੇ ਵੀ 50 ਜਿੱਥੇ ਤੁਸੀਂ 400 ਨੰਬਰ ਪ੍ਰਾਪਤ ਕਰ ਸਕਦੇ ਹੋ ਜੇਕਰ ਤੁਹਾਡੇ ਮਤਲਬ ਕਿ 50 50 ਕੁਐਸ਼ਨ ਸਹੀ ਹੁੰਦੇ ਆ ਜੇ ਮੈਥ ਦੀ ਗੱਲ ਕਰੀਏ 30 ਹੋਣਗੇ ਤੇ ਕੰਪਿਊਟਰ ਦੇ ਵੀ 30 ਹੋਣਗੇ ਮਤਲਬ 120 ਨੰਬਰ ਦੇ ਦੋਵੇਂ ਸਬਜੈਕਟ ਆਣਗੇ ਜੇ ਇੰਗਲਿਸ਼ ਤੇ ਪੰਜਾਬੀ ਦੀ ਗੱਲ ਕਰੀਏ ਇਹ 20 20 ਕੁਐਸ਼ਨ ਆਣਗੇ ਤੇ 80 80 ਨੰਬਰ ਦੇ ਹੋਣਗੇ ਲਗਭਗ ਜੇਕਰ ਤੁਸੀਂ ਜਨਰਲ ਅਵੇਅਰਨੈਸ ਨੂੰ ਛੱਡ ਕੇ ਸਾਰੇ ਸਬਜੈਕਟਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਦੇ ਹੋ ਤੇ ਮੈਂ ਬਹੁਤਾ ਪੜਨੀਓ ਕਿੰਦਾ ਪਾਵ ਵੀ ਸਾਰੇ ਜੀਕੇ ਦੀ ਹਰੇਕੀ ਨਿੱਕੀ ਨਿੱਕੀ ਚੀਜ਼ ਨੂੰ ਤੁਸੀਂ ਕਲੀਅਰ ਕਰਦੇ ਹੋ ਤੁਹਾਡੇ ਜੇ 200 ਚੋਂ 100 ਜਾਂ 150 ਨੰਬਰ ਵੀ ਆਂਦਾ ਹੈ ਤਾਂ ਡੈਫੀਨੇਟਲੀ ਤੁਸੀਂ ਵਧੀਆ ਨੰਬਰ ਲੈ ਕੇ ਪਾਸ ਆਊਟ ਹੋ ਸਕਦੇ ਹੋ ਬਾਕੀ ਨੈਗੇਟਿਵ ਮਾਰਕਿੰਗ ਹੋਣ ਕਰਕੇ ਤੁਸੀਂ ਥੋੜਾ ਜਿਆ ਰਹਿ ਜੰਨੇ ਹੋ ਇਸੇ ਕਰਕੇ ਹਮੇਸ਼ਾ ਅਵੇਅਰ ਰਹੋ ਵੀ ਜਿਹੜੀਆਂ ਚੀਜ਼ਾਂ ਹੁਣ ਨਵੀਆਂ ਕਰੰਟ ਆ ਰਹੀਆਂ ਉਹਨਾਂ ਨੂੰ ਵੀ ਪੜੋ ਤੇ ਪੁਰਾਣੀਆਂ ਜਿਹੜੀਆਂ ਬੀਤ ਚੁੱਕੀਆਂ ਉਹਨਾਂ ਨੂੰ ਵੀ ਪੜੋ ਕਿਉਂਕਿ ਤੁਹਾਨੂੰ ਪਤਾ ਹੈ 2021 22 23 ਤੇ ਜਿਹੜੇ ਕਰੰਟ ਅਫੇਅਰ ਉਹ ਜ਼ਿਆਦਾਤਰ ਦੇਖਣ ਨੂੰ ਮਿਲੇ ਸੀਗੇ ਇਸ ਸਾਲ ਦੇ ਪੇਪਰਾਂ ਆਉਂਦੀਆਂ ਪਈਆਂ ਉਹ ਮਿਲਣ ਠੀਕ ਹੈ ਜੀ ਲੇਟੈਸਟ ਪੈਟਰਨ ਨਾਲ ਸੋ 2024 ਦੀਆਂ ਜੋ ਵੀ ਨਵੀਆਂ ਚੀਜ਼ਾਂ ਹੋ ਰਹੀਆਂ ਉਹ ਵੀ ਪੜ ਕੇ ਜਾਈਓ ਕਿਉਂਕਿ TCS ডিপਾਰਟਮੈਂਟ ਤੁਹਾਡੇ ਦਿਮਾਗਾ ਨਾਲ ਖੇਡਦਾ ਉਹਨਾਂ ਨੂੰ ਇਦਾਂ ਲੱਗਦਾ ਵੀ ਬੱਚੇ ਸੋਚਣਗੇ ਵੀ ਪੁਰਾਣੀਆਂ ਚੀਜ਼ਾਂ ਆਣੀਆਂ ਸੋ ਇਸੇ ਕਰਕੇ ਹਰੇਕ ਚੀਜ਼ ਨੂੰ ਤੁਸੀਂ ਕਵਰ ਅਪ ਕਰਕੇ ਜਾਣਾ ਹੈ ਬਿਲਕੁਲ ਤੁਹਾਡਾ ਇੱਕ ਕਹਿੰਦਾ ਪਾ ਪੁਆਇੰਟ ਲੱਗ ਸਕੇ ਵੀ ਹਾਂ ਜੇਕਰ ਤੁਸੀਂ ਉੱਥੇ ਤੁੱਕਾ ਵੀ ਲਾਣਾ ਤੁੱਕਾ ਵੀ ਲੱਗ ਸਕੇ ਸੋ ਪੈਟਰਨ ਪੇਪਰ ਦਾ ਬਹੁਤ ਸੋਖਾ ਹੈ ਜੇਕਰ ਤੁਸੀਂ ਦੇਖੋ ਦੇਖਾ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਜੇ ਕੁਐਸਚਨ ਕੰਪਲੀਟ ਕਰ ਰਹੇ ਹੋ ਲੋਜੀਕਲ ਰੀਜ਼ਨਿੰਗ ਦੇ ਤੁਸੀਂ 50 ਕੁਐਸਚਨ ਕਰ ਰਹੇ ਹੋ 200 ਨੰਬਰ ਤੁਹਾਡਾ ਫ੍ਰੀ ਦਾ ਹੈ ਕਿਉਂਕਿ ਰੀਜ਼ਨਿੰਗ ਸਾਹਮਣੇ ਸੋਖਾ ਸਬਜੈਕਟ ਹੈ ਕੰਪਿਊਟਰ ਵੀ ਸੋਖਾ ਸਬਜੈਕਟ ਹੈ ਇੰਗਲਿਸ਼ ਪੰਜਾਬੀ ਵੀ ਕਮ ਸੇ ਕਮ ਆਧਾ ਤੋਂ ਜ਼ਿਆਦਾ ਨੰਬਰ ਤੁਸੀਂ ਇੰਨਾ ਚੋ ਹੀ ਲੈ ਜਾਓਗੇ ਬਾਕੀ ਮੈਥ ਤੇ ਜਿਹੜਾ ਹੈਗਾ ਜਨਰਲ ਬੀਸ ਨੇ ਅਵੇਅਰਨੈਸ ਤੇ ਜ਼ਿਆਦਾ ਟਾਈਮ ਲਗਾਈਓ ਕਿਉਂਕਿ ਉਹਨਾਂ ਵਿੱਚੋਂ ਨੰਬਰ ਲੈ ਜਾਣੇ ਹੋ ਤਾਂ ਤਾਂ ਹੀ ਤੁਸੀਂ ਕੁਆਲੀਫਾਈ ਕਰ ਪਾਉਗੇ ਬਾਕੀ ਦੋਸਤੋ ਇਸ ਦਾ ਨੋਟੀਫਿਕੇਸ਼ਨ ਤੁਹਾਨੂੰ ਸ਼ਾਇਦ ਮਾਰਚ ਤੱਕ ਵੇਖਣ ਨੂੰ ਮਿਲੇ ਹੁਣ ਇਲੈਕਸ਼ਨਾਂ ਦੀ ਤੁਹਾਨੂੰ ਉਹਨਾਂ ਦੇ ਮਿਲਣਗੇ ਸੋ ਇਸੇ ਕਰਕੇ ਆਪਣੀ ਤਿਆਰੀ ਖੇਚ ਲਿਓ ਹਰੇਕ ਡਿਪਾਰਟਮੈਂਟ ਦੇ ਹਰੇਕ ਕੈਡਰ ਦੀ ਤੁਹਾਨੂੰ ਭਰਤੀ ਵੇਖ ਨੂੰ ਮਿਲਣੀ ਹੈ ਸੋ ਇਸ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਇਹ ਸਾਰੀਆਂ ਇਨਫੋਰਮੇਸ਼ਨਾਂ ਮਿਲ ਸਕਣ ਤੇ ਆਉਣ ਵਾਲੀ ਜਾਣਕਾਰੀਆਂ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਗਈ ਚੀਜ਼ਾਂ ਤੁਹਾਨੂੰ ਦੱਸਣੀ ਹੈ ਸੋ ਇਸੇ ਕਰਕੇ ਸਾਡੇ ਚੈਨਲ ਨਾਲ ਜੁੜੋ ਇਸ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਬੈਲ ਆਈਕਨ ਪ੍ਰੈਸ ਕਰਨਾ ਬਿਲਕੁਲ ਨਾ ਭੁੱਲਿਓ ਸ਼ੇਅਰ ਕਰਿਓ WhatsApp Telegram ਉਤੇ ਕਮੈਂਟ ਸੈਕਸ਼ਨ ਵਿੱਚ ਕਿਸੇ ਵੀ ਭਰਤੀ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਦੱਸ ਦਿਓ ਬਾਕੀ ਵੀਡੀਓਜ਼ ਦੇ ਜ਼ਰੀਏ ਤੁਹ ਜੇ ਪੈਂਡਿੰਗ ਹੈ ਜਿਸ ਕਰਕੇ ਆਪਣੀ ਸਾਡੀ ਟੀਮ ਥੋੜੀ ਜਿਹੀ ਬਿਜ਼ੀ ਚੱਲ ਰਹੀ ਹੈ ਤੇ ਥੋੜੇ ਹੀ ਦਿਨਾਂ ਵਿੱਚ ਤੁਹਾਨੂੰ ਸਾਰੇ ਰਿਪਲਾਈ ਦਿੱਤੇ ਜਾਣਗੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਸੋ ਦੋਸਤੋ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਤੁਹਾਡੀ ਅਸੀਂ ਹੈਲਪ ਕਰ ਸਕੀਏ ਸਾਨੂੰ ਇੱਕ ਕਹਿੰਦਾ ਪਪਾ ਹੈਲਪ ਕਰਨ ਦਾ ਮੌਕਾ ਦਿਓ ਤੁਹਾਡੇ ਲਈ ਅਸੀਂ ਹਮੇਸ਼ਾ ਖੜੀ ਹਾਂ ਸੋ ਵੀਡੀਓ ਦੇਖਣ ਲਈ ਧੰਨਵਾਦ ਤੇ ਮੇਰੇ ਵੱਲੋਂ ਜੈ ਹਿੰਦ